प्यारे बच्चो सत श्री अकाल मैं किरणदीप कौर आज ਆਪਾਂ ਤੁਹਾਡੀ ਜਮਾਤ 6ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ 11ਵਾਂ ਪਾਠ ਲੇਕ ਮੇਰੇ ਦਾਦੀ ਜੀ ਕਰਨ ਜਾ ਰਹੇ ਆ ਜੋ ਲਿਖਿਆ ਹੈ ਲੇਖਕ ਅਮਿਤੋਜ ਜੀ ਦਾ ਸਾਰੇ ਰਿਸ਼ਤਿਆਂ ਵਿੱਚੋਂ ਦਾਦਾ ਦਾਦੀ ਦਾ ਰਿਸ਼ਤਾ ਮੱਤਬੂਲ ਰੁਤਬਾ ਰੱਖਦਾ ਹੈ ਦਾਦੀ ਪਿਆਰ ਦੀ ਮੂਰਤ ਕਹਾਣੀਆਂ ਦਾ ਖਜ਼ਾਨਾ ਹਨ ਦਾਦੀ ਮਾਂ ਤੋਂ ਜੋ ਸਾਨੂੰ ਸਿੱਖਿਆ ਤੇ ਨੈਤਿਕ ਗੁਣ ਸਿੱਖਣ ਨੂੰ ਮਿਲਦੇ ਹਨ ਉਹ ਕਿਸੇ ਵੀ ਕਿਤਾਬ ਵਿੱਚ ਨਹੀਂ ਮਿਲਦੇ ਕਿਉਂਕਿ ਮਾਤਾ ਪਿਤਾ ਸਾਰਾ ਦਿਨ ਕੰਮ ਵਿੱਚ ਰੁੱਝੇ ਰਹਿੰਦੇ ਹਨ ਆਪਾਂ ਜਿਆਦਾ ਸਮਾਂ ਪਿਆਰੇ ਬੱਚੋ ਕਿੰਨਾਂ ਨਾਲ ਬਤਾਉਂਦੇ ਹਾਂ ਦਾਦੀ ਨਾਲ ਇਸ ਕਰਕੇ ਦਾਦੀ ਸਾਡੇ ਵਿਵੇੜੇ ਦੀ ਰੌਣਕ ਹੁੰਦੇ ਹਨ ਆਓ ਪੜ੍ਹਦੇ ਹਾਂ ਕਿਵੇਂ ਇਸ ਲੇਖ ਵਿੱਚ ਦਾਦੀ ਸਾਡੇ ਵਿਵੇੜੇ ਦੀ ਰੌਣਕ ਹਨ ਮੇਰੇ ਦਾਦੀ ਜੀ ਤਸਵੀਰ ਵਿੱਚ ਦੇਖ ਰਹੇ ਹੋ ਦਾਦੀ ਆਪਣੇ ਬੱਚਿਆਂ ਨਾਲ ਬੈਠੇ ਹਨ ਮੇਰੀ ਦਾਦੀ ਜੀ ਮੈਨੂੰ ਬਹੁਤ ਪਿਆਰ ਕਰਦੇ ਹਨ ਉਹ ਮੇਰੇ ਪਿਤਾ ਜੀ ਦੇ ਮਾਤਾ ਜੀ ਹਨ ਹੁਣ ਦਾਦੀ ਜੀ ਕੌਣ ਹਨ ਜੋ ਮੇਰੇ ਪਿਤਾ ਜੀ ਦੇ ਮਾਤਾ ਜੀ ਹਨ ਉਹ ਮੇਰੇ ਦਾਦੀ ਮਾ ਹਨ ਉਹ ਸਵੇਰੇ ਜਲਦੀ ਉੱਠ ਕੇ ਨਹਾ ਲੈਂਦੇ ਹਨ ਉਹ ਸਾਫ਼ ਸੁਥਰੇ ਅਤੇ ਸਾਦੇ ਕੱਪੜੇ ਪਹਿਨਦੇ ਹਨ ਉਹ ਐਨਕ ਲਾ ਕੇ ਅਖਬਾਰ ਪੜ੍ਹਦੇ ਹਨ ਹੁਣ ਦਾਦੀ ਜੀ ਸਵੇਰੇ ਜਲਦੀ ਉੱਠਦੇ ਹਨ ਤੇ ਉੱਠ ਕੇ ਨਾ ਲੈਂਦੇ ਹਨ ਸਾਫ਼ ਸੁਥਰੇ ਸਾਦੇ ਸਧਾਰਨ ਕੱਪੜੇ ਪਹਿਨਦੇ ਹਨ ਸਧਾਰਨ ਕੱਪੜੇ ਪਹਿਨਦੇ ਹਨ ਤੇ ਉਹ ਐਨਿਕ ਲਾ ਕੇ ਰੱਖਦੇ ਹਨ ਇਸ ਵਿੱਚ ਦਾਦੀ ਜੀ ਦੀ ਵਿਖਾਰੇ ਆਪਾਂ ਨੂੰ ਦੱਸਿਆ ਗਿਆ ਕਿ ਸਾਫ਼ ਸੁਥਰੇ ਕੱਪੜੇ ਪਾਉਣੇ ਸਦਾ ਐਨਕ ਲਾ ਕੇ ਰੱਖਣੀ ਤੇ ਸਵੇਰੇ ਜਲਦੀ ਉੱਠਣਾ ਦਾਦੀ ਜੀ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਨ ਹਰ ਇੱਕ ਦੇ ਦਾਦੀ ਜੀ ਪਿਆਰ ਕਰਦੇ ਹਨ ਨਾ ਸਭ ਨੂੰ ਸਭ ਨੂੰ ਘਰੋਂ ਦਾਦੀ ਜੀ ਪਿਆਰ ਕਰਦੇ ਹਨ ਤਸਵੀਰ ਵਿੱਚ ਵੀ ਆਪਾਂ ਦੇਖ ਰਹੇ ਹਾਂ ਦੋਨਾਂ ਭੈਣ ਭਰਾਵਾਂ ਨੂੰ ਪਿਆਰ ਕਰ ਰਹੇ ਹਨ ਦਾਦੀ ਜੀ ਉਹ ਸਾਨੂੰ ਸਵੇਰੇ ਜਲਦੀ ਜਗਾ ਦਿੰਦੇ ਹਨ ਉਹ ਸਾਡੇ ਮਾਤਾ ਜੀ ਦੀ ਰਸੋਈ ਦੇ ਕੰਮਾਂ ਵਿੱਚ ਵੀ ਮਦਦ ਕਰਦੇ ਹਨ ਬੱਚਿਆਂ ਨੂੰ ਜਲਦੀ ਜਗਾਉਣਾ ਦਾਦੀ ਜੀ ਦੀ ਜ਼ਿੰਮੇਵਾਰੀ ਤੇ ਮਾਤਾ ਦੇ ਸੋਈ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਵੀ ਦਾਦੀ ਜੀ ਹਨ ਸਾਡੇ ਮਾਤਾ ਜੀ ਅਤੇ ਪਿਤਾ ਜੀ ਦੋਵੇਂ ਨੌਕਰੀ ਕਰਦੇ ਹਨ ਸਕੂਲ ਤੋਂ ਵਾਪਸ ਆ ਕੇ ਅਸੀਂ ਦਾਦੀ ਜੀ ਕੋਲੇ ਹੀ ਬੈਠਦੇ ਹਾਂ ਹੁਣ ਮਾਤਾ ਪਿਤਾ ਜੀ ਦੋਨੋਂ ਕੀ ਕਰਦੇ ਹਨ ਨੌਕਰੀ ਕਰਦੇ ਹਨ ਜਦੋਂ ਬੱਚੇ ਸਕੂਲੋਂ ਵਾਪਸ ਆਉਂਦੇ ਹਨ ਕਿੰਨਾ ਕੋਲੇ ਬੈਠਦੇ ਹਨ ਦਾਦੀ ਜੀ ਕੋਲੇ ਬੈਠਦੇ ਹਨ ਉਹ ਸਾਡੇ ਲਈ ਖਾਣਾ ਪਰੋਸਦੇ ਹਨ ਸਾਨੂੰ ਖਾਣਾ ਪਾ ਕੇ ਦਿੰਦੇ ਹਨ ਅਸੀਂ ਦਾਦੀ ਜੀ ਨੂੰ ਸਕੂਲ ਦੀਆਂ ਗੱਲਾਂ ਸੁਣਾਉਂਦੇ ਹਾਂ ਦਾਦੀ ਜੀ ਸਾਨੂੰ ਕਹਾਣੀਆਂ ਵੀ ਸੁਣਾਉਂਦੇ ਹਨ ਕਦੇ-ਕਦੇ ਉਹ ਸਾਥੋਂ ਬੁਝਾਰਤਾਂ ਵੀ ਪੁੱਛਦੇ ਹਨ ਦਾਦੀ ਜੀ ਸਾਡੇ ਘਰ ਦੀ ਰੌਣਕ ਹਨ ਹਾਂਜੀ ਸਾਡੇ ਮਾਤਾ ਪਿਤਾ ਜੀ ਤਾਂ ਨੌਕਰੀ ਕਰਦੇ ਹਨ ਤੇ ਉਹ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਹਨ ਅਸੀਂ ਜ਼ਿਆਦਾ ਸਮਾਂ ਕਿੰਨਾ ਕੋਲੇ ਬਤਾਉਂਦੇ ਹਾਂ ਇਸ ਪਾਠ ਵਿੱਚ ਬੱਚੇ ਦੱਸ ਰਹੇ ਹਨ ਦਾਦੀ ਮਾਂ ਕੋਲੇ ਉਹ ਸਾਨੂੰ ਖਾਣਾ ਖਾਣ ਲਈ ਦਿੰਦੇ ਹਨ ਤੇ ਅਸੀਂ ਸਾਰੇ ਸਕੂਲ ਦੀਆਂ ਗੱਲਾਂ ਦਾਦੀ ਜੀ ਨੂੰ ਸੁਣਾਉਂਦੇ ਆਪਾਂ ਵੀ ਕਰਦੇ ਆ ਨਾ ਬੱਚੋ ਆ ਦਾਦੀ ਮਾਂ ਘਰੇ ਹੈ ਤੁਸੀਂ ਵੀ ਕਰਦੇ ਹੋ ਨਾ ਸਾਰੇ ਸਕੂਲ ਦੀਆਂ ਗੱਲਾਂ ਜੋ ਵੀ ਸਕੂਲ ਵਿੱਚ ਵਾਪਰਿਆ ਹੁੰਦਾ ਜੋ ਤੁਸੀਂ ਖੇਡਿਆ ਹੁੰਦਾ ਉਹ ਸਾਰੀ ਚੀਜ਼ ਤੁਸੀਂ ਕਿੰਨਾਂ ਨੂੰ ਦੱਸਦੇ ਹਾਂ ਦਾਦੀ ਜੀ ਨੂੰ ਦਾਦੀ ਜੀ ਸਾਨੂੰ ਕਹਾਣੀਆਂ ਵੀ ਸੁਣਾਉਂਦੇ ਹਨ ਹੁਣ ਬੱਚੇ ਕਹਿ ਰਹੇ ਆ ਦਾਦੀ ਜੀ ਸਾਨੂੰ ਕਹਾਣੀਆਂ ਵੀ ਸੁਣਾਉਂਦੇ ਆ ਸਭ ਨੂੰ ਤੁਹਾਡੇ ਦਾਦੀ ਮਾਂ ਵੀ ਕਹਾਣੀਆਂ ਸੁਣਾਉਂਦੇ ਆ ਨਾ ਸਭ ਨੂੰ ਕਹਾਣੀਆਂ ਸੁਣਾਉਂਦੇ ਆ ਦਾਦੀ ਮਾਂ ਕਦੇ-ਕਦੇ ਉਹ ਸਾਥੋਂ 부ਝਾਰਤਾ 부ਝਾਰਤਾ ਬੁੱਝਣ ਵਾਲੀਆਂ ਬਾਤਾਂ ਬੁੱਝਣ ਵਾਲੀਆਂ ਬਾਤਾਂ ਸਾਥੋਂ 부ਝਾਰਤਾ ਵੀ ਪੁੱਛਦੇ ਹਨ ਦਾਦੀ ਸਾਡੇ ਘਰ ਦੀ ਰੌਣਕ ਹਨ ਸਬਦੇ ਘਰ ਦੀ ਰੋਣ ਕੌਣ ਹਨ ਦਾਦੀ ਜੀ ਹਨ ਉਹ ਸਾਨੂੰ ਆਪਣਾ ਕੰਮ ਆਪ ਕਰਨ ਦੀ ਸਿੱਖਿਆ ਦਿੰਦੇ ਹਨ ਦਾਦੀ ਮਾ ਕਿਸ ਖੋਦੇ ਹਨ ਕਿ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ ਦਾਦੀ ਜੀ ਸ਼ਾਮ ਨੂੰ ਸੈਰ ਕਰਨ ਲਈ ਜਾਂਦੇ ਹਨ ਕਦੇ-ਕਦੇ ਅਸੀਂ ਵੀ ਉਹਨਾਂ ਨਾਲ ਸੈਰ ਕਰਨ ਜਾਂਦੇ ਹਾਂ ਸਾਨੂੰ ਆਪਣੇ ਦਾਦੀ ਜੀ ਨਾਲ ਬਹੁਤ ਪਿਆਰ ਹੈ ਸਾਨੂੰ ਉਹ ਬਹੁਤ ਚੰਗੇ ਲੱਗਦੇ ਹਨ ਹੁਣ ਦਾਦੀ ਜੀ ਤਾਂ ਰੋਜ਼ ਸੈਰ ਕਰਨ ਜਾਂਦੇ ਹਨ ਕਹਿੰਦੇ ਕਦੇ-ਕਦੇ ਬੱਚੇ ਕਹਿੰਦੇ ਆ ਅਸੀਂ ਵੀ ਸੈਰ ਕਰਨ ਜਾਂਦੇ ਹਾਂ ਸਾਨੂੰ ਦਾਦੀ ਜੀ ਨਾਲ ਬਹੁਤ ਪਿਆਰ ਹੈ ਸਾਰੇ ਬੱਚਿਆਂ ਨੂੰ ਪਿਆਰੇ ਲੱਗਦੇ ਨਾ ਦਾਦੀ ਜੀ ਤੇ ਸਾਨੂੰ ਉਹ ਬਹੁਤ ਚੰਗੇ ਲੱਗਦੇ ਹਨ ਇਸ ਲੇਖ ਵਿੱਚ ਦੇਖਿਆ ਦਾਦੀ ਜੀ ਲੇਖ ਵਿੱਚ ਕਿ ਕਿਸ ਤਰ੍ਹਾਂ ਬੱਚੇ ਆਪਣੀ ਦਾਦੀ ਜੀ ਨਾਲ ਜ਼ਿਆਦਾ ਸਮਾਂ ਬਤਾਉਂਦੇ ਹਨ ਤੇ ਮਾਤਾ ਪਿਤਾ ਦੋਨੋਂ ਨੌਕਰੀ ਕਰਦੇ ਹਨ ਕਿਸ ਤਰ੍ਹਾਂ ਦਾਦੀ ਜੀ ਉਹਨਾਂ ਨੂੰ ਚੰਗੀਆਂ ਚੰਗੀਆਂ ਗੱਲਾਂ ਸਿਖਾਉਂਦੇ ਹਨ 부ਜਾਰ ਤਾਂ ਉਹਨਾਂ ਨਾਲ ਪਾਉਂਦੇ ਹਨ ਤੇ ਘਰ ਦੀ ਰੌਣਕ ਦਾਦੀ ਜੀ ਹਨ ਧੰਨਵਾਦ ਪਿਆਰੇ ਬੱਚਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ ਅਗਲੇ ਪਾਠ ਨਾਲ